ਚੋਣ ਪ੍ਰਚਾਰ ਦੇ ਆਖਰੀ ਦਿਨ ਕੁੱਲ ਪਾਰਟੀਆਂ ਨੇ ਆਪਣੀ ਪੂਰੀ ਵਾਹ ਲਾਈ ਏ। ਅੰਤਲੇ ਦਿਨ 'ਚ ਕੁਝ ਪਾਰਟੀਆਂ ਨੇ ਰੋਡ ਸ਼ੋਅ ਕਰਕੇ ਅਤੇ ਕੁਝ ਰੈਲੀਆਂ ਕਰਕੇ ਆਪਣਾ ਦਮਖਮ ਦਿਖਾਉਣ 'ਚ ਲੱਗੇ ਰਹੇ। ਪੂਰੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਕੁਝ ਹੋਰਨਾਂ ਸੀਟਾਂ ਦੇ ਨਾਲ ਨਾਲ ਬਠਿੰਡਾ ਦੀ ਸੀਟ 'ਤੇ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ, ਜਿੱਥੇ ਅਕਾਲੀ ਦਲ ਵੱਲੋਂ ਇਸ ਸੀਟ ਨੂੰ ਜਿੱਤਣ ਲਈ ਫਿਲਮੀ ਅਦਾਕਾਰ ਅਤੇ ਸਟਾਰ ਪ੍ਰਚਾਰਕ ਹੇਮਾ ਮਾਲਨੀ ਨੂੰ ਬਠਿੰਡਾ 'ਚ ਬੁਲਾਇਆ ਗਿਆ ਸੀ। ਉੱਥੇ ਹੀ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ 'ਚ ਚੋਣ ਰੈਲੀਆਂ ਕਰ ਲਈ ਕਾਂਗਰਸੀ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਬਠਿੰਡਾ ਪਹੁੰਚੇ। ਸਿੱਧੂ ਨੇ ਲੰਬੀ ਮਾਨਸਾ ਅਤੇ ਬਠਿੰਡਾ ਆਦਿ ਰੈਲੀਆਂ 'ਚ ਆਪਣੇ ਅੰਦਾਜ਼ 'ਚ ਬਾਦਲਾਂ ਨੂੰ ਖੂਬ ਘੜੀਸਿਆ ਅਤੇ ਬਾਦਲਾਂ ਨੂੰ ਗੁਰੂ ਦਾ ਦੋਖੀ ਦੱਸਿਆ। ਪੂਰੇ ਰੋਹ ਨਾਲ ਬਾਦਲਾਂ ਦਾ ਬਾਈਕਾਟ ਕਰਨ ਲਈ ਵੋਟਰਾਂ ਨੂੰ ਆਖਿਆ। ਸਿੱਧੂ ਨੇ ਬਾਦਲਾਂ ਨੂੰ ਪੰਜਾਬ ਦੇ ਲੋਟੂ ਦੱਸਦਿਆਂ ਪ੍ਰਕਾਸ਼ ਸਿੰਘ ਬਾਦਲ ਨੂੰ ਮਚਲਾ ਬੁੜਾ ਵੀ ਕਹਿ ਦਿੱਤਾ। ਬੇਅਦਬੀ ਦਾ ਬਦਲਾ ਲੈਣ, ਅੱਜ ਵੋਟ ਪਾ ਦਿਓ। ਪੰਜਾਬ
ਜਵਾਨੀ, ਚਿੱਟੇ ਨਾਲ ਨਪੁੰਸਕ ਕੀਤੀ ਜਵਾਨੀ, ਉਹਨੂੰ ਖੜਾ ਕਰਨ ਲਈ ਵੋਟ ਪਾ ਦਿਓ। ਲੈ ਮੈਂ ਕਹਿੰਦਾ ਤੇਰੇ 13 ਦੀਆਂ 13 ਸੀਟਾਂ ਇੱਕ ਪਾਸੇ ਤੇ ਕੱਲਾ ਬਠਿੰਡਾ ਬਾਦਲਾਂ ਨੇ ਠੋਕ ਗਿਆ ਤੇ ਭੈਣ ਮੈਂ ਕਹਿੰਦਾ ਪੰਜਾਬ ਸਾਰਾ ਉੱਚਾ ਹੋ ਗਿਆ। ਸਿੱਧੂ ਵੱਲੋਂ ਬਾਦਲਾਂ ਤੇ ਨਿਸ਼ਾਨੇ ਸਾਧਣ ਦੇ ਨਾਲ ਨਾਲ ਹਾਸਰਸ ਟੋਟਕਿਆਂ ਰਾਹੀਂ ਵੀ ਕਈ ਵਿਅੰਗ ਕੱਸੇ ਗਏ। ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤੋ ਲੂਟ, ਤਿੰਨ ਮੋਦੀ ਭੱਜ ਗਏ, ਚੌਥਾ ਬੋਲ ਰਿਹਾ ਝੂਠ। ਇੱਕ ਬੰਦਾ ਸੀ ਉਹਦਾ ਵਿਆਹ ਨਹੀਂ ਸੀ ਹੁੰਦਾ, ਉਹਨੇ ਬਾਬੇ ਬਲਟੋਈ ਦੀ ਮਜ਼ਾਰ ਦੇ ਉੱਤੇ ਸੁਖਣਾ ਸੁੱਕੀ ਕਹਿੰਦਾ ਬਾਬਾ ਮੇਰਾ ਵਿਆਹ ਕਰਾ ਦੇ, 40-40 ਦੇਸੀ ਘੇ ਦੇ ਚਰਾਗ ਵਾਲ। ਉਹਨੇ ਪੀਪੀ 37 ਤੇ ਰੋਜ਼ 40 ਚਿਰਾਗ ਬਾਲਿਆ ਕਰੇ ਬਾਬੇ ਬਲਟੋਈ ਦੀ ਮਜ਼ਾਰ ਦੇ ਉੱਤੇ, ਤੇ ਜਦੋਂ 40ਵਾਂ ਦਿਨ ਆਇਆ ਉਹਨੇ 20 ਚਿਰਾਗ ਬਾਲੇ, ਪਿੱਛੋਂ ਆਵਾਜ਼ ਆਈ ਓਏ ਮੁਖਤਿਆਰ ਸਿਆਂ, ਹੁਣ ਗੱਲ ਹੈ ਵੀ ਮਖਲਾਵਾ ਆ ਗਿਆ, ਲੈ ਵੀ ਪੱਟੂ ਮਖਲਾਵਾ ਆ ਗਿਆ। ਉਹਨੇ ਫਿਰ ਫੜੋ ਫੜ ਬਾਲੇ, ਜਦੋਂ 5 ਚਿਰਾਗ ਰਹਿ ਗਏ ਉਹ ਕਹਿੰਦਾ ਮੁਖਤਿਆਰ ਸਿਆਂ ਓਏ, ਕਹਿੰਦਾ ਬਸ ਸੋਹਣੀ ਹੈ, ਉੱਚੀ ਹੈ, ਲੰਮੀ ਹੈ, ਗੋਰੀ ਹੈ ਕਿ ਚਿੱਟੀ ਹੈ। ਉਹ ਕਹਿੰਦਾ ਮੁਖਤਿਆਰ ਸਿਆਂ ਤੇਰੀ ਮਾਂ ਮਰ ਗਈ ਹੋਏ, ਕਹਿੰਦਾ ਹੈ, ਉਹ ਵਾਹ ਤੇਰੇ ਪੀਰ ਬਾਬਾ ਬਲਟੋਈ, ਉਹ ਵਾਹ ਤੇਰੇ ਪੀਰ ਬਾਬਾ ਬਲਟੋਈ, ਤਾਂ ਨਵੀਂ ਲਾੜੀ ਤਾਂ ਕੀ ਦੇਣੀ ਸੀ ਮੇਰੇ ਬਾਪੂ ਵਾਲੀ ਵੀ ਖੋਈ। ਤੁਸੀਂ ਕਹੇ ਪੈਟਰੋਲ ਪੰਪ ਤੇ ਚਲੇ ਜਾਓ, ਅੰਬਾਨੀ ਦੇ ਰਿਲਾਇੰਸ ਵਾਲੇ ਐਸਾ ਵਾਲੇ ਉਹਦੀ ਫੋਟੋ ਲੱਗੀ ਹੁੰਦੀ ਹੈ, ਉਹਨੂੰ ਫੋਟੋ ਦਾ ਬੜਾ ਸ਼ੌਕ ਹੈ। ਹੱਸਦਾ ਹੋਇਆ ਨੂਰਾਨੀ ਚਿਹਰਾ, ਕਾਲੀ ਤੁਰਫੇ ਰੰਗ ਸੁਨਹਿਰਾ, ਮੈਨੂੰ ਯਾਦ ਆ ਗਿਆ ਛੋਟੀ ਘਟਦਾ ਨੀ ਸੁਣਾਉਣਾ, ਵਾਦਾ ਤੇਰਾ ਵਾਦਾ ਉਹ ਮੋਦੀ, ਵਾਦਾ ਤੇਰਾ ਵਾਦਾ, ਵਾਦੇ ਮੈਂ ਤੇਰੇ ਮਾਰ ਆ ਗਿਆ ਬੰਦਾ ਇਹ ਸਿੱਧਾ ਸਾਦਾ, ਵਾਦਾ ਤੇਰਾ ਵਾਦਾ। ਸਿੱਧੂ ਨੇ ਆਪਣੇ ਅੰਦਾਜ਼ 'ਚ ਸੁਖਬੀਰ ਬਾਦਲ ਅਤੇ ਨਰਿੰਦਰ ਮੋਦੀ ਦੀਆਂ ਨਕਲਾਂ ਲਾ ਲਾ ਕੇ ਰੈਲੀ 'ਚ ਹਾਜ਼ਰ ਲੋਕਾਂ ਨੂੰ ਖੂਬ ਹਸਾਇਆ। ਪੇਟ ਖਾਲੀ ਹੈ, ਯੋਗਾ ਕਰਾਈ ਜਾਂਦਾ ਜਦੋਂ ਬਾਦਲ ਆਉਂਦਾ ਨਾ, ਦੋ ਦਿਨ ਡੁੱਬਾ ਜੇ ਤੇਰੇ ਘੋੜੀ ਚੜਿਆ ਕੋਤਾ ਨੀ ਚੜਾ ਦੇਣਾ, ਪਹਿਲੀ ਪਹਿਣਾ ਉਹ ਕਹਿੰਦਾ ਮੈਂ ਹੱਥੀ ਪਹਿਣਾ ਕੋਤਾ ਨੀ, ਨਾਲੇ ਸੁੱਖਾ ਕੱਪੀ ਅੱਡਾ ਢਿੱਡ ਕੱਢਿਆ ਪ੍ਰਕਾਰ ਲੈ ਕੇ ਵਾਹਿਆ, ਹੈ ਖਾਜੂ ਹੈ ਤੇ ਬਾਦਲ ਵੱਲ ਦੇਖ ਕੇ ਕਹੂ ਮੇਰੇ ਪਿਤਾ ਸਲਾਮ ਬਾਦਲ ਸਾਹਿਬ, ਉਹ ਕਹਿੰਦਾ ਤੇਰਾ ਪਿਤਾ ਹੀ ਆਵੇ। ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਲਈ ਕਾਂਗਰਸ ਵੱਲੋਂ ਖੇਡੇ ਗਏ ਇਸ ਦਾਅ ਦਾ ਵੜਿੰਗ ਨੂੰ ਕਿੰਨਾ ਕੁ ਫਾਇਦਾ ਹੋਏਗਾ, ਇਹ ਤਾਂ ਹੁਣ ਆਉਣ ਵਾਲੀ 23 ਮਈ ਨੂੰ ਹੀ ਪਤਾ ਲੱਗ ਸਕਦਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ TV, ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।